ਵੀਰੋ ਸਵੇਰੇ ਉੱਠੇ ਸੀ ਤੇ ਸਵਿਟਜ਼ਰਲੈਂਡ ਵਾਕਈ ਵੀਰੋ ਜਿਹੜਾ ਨਾ ਜੰਨਤ ਜੇ ਕਿਹਾ ਗਿਆ ਆ ਨਾ ਤੇ ਬਹੁਤ ਹੀ ਸੱਚ ਜਿਹੜਾ ਉਹ ਸ਼ਬਦ ਦੇ ਲਈ ਵਰਤਿਆ ਗਿਆ ਆ ਤੁਹਾਨੂੰ ਨਾ ਬਾਹਰ ਨਜ਼ਾਰਾ ਦਿਖਾਣਾ ਦੇਖੋ ਅਸੀਂ ਜਿਹੜਾ ਬਿਲਕੁਲ ਪਿੰਡ ਦੇ ਵਿੱਚ ਜਿਹੜਾ ਹੋਟਲ ਲਿਆ ਸੀ ਤੇ ਆ ਤੁਸੀਂ ਬਾਹਰ ਦਾ ਥਿਊ ਦੇਖੋ ਸਨੋ ਪਈ ਹੋਈ ਆ ਤੇ ਅੱਜ ਅਸੀਂ ਆ ਪਹਾੜ ਜਿਹੜੇ ਆ ਇਹ ਸਾਰੇ ਦੇਖ ਕੇ ਜਾਣੇ ਆ ਤੇ ਵਾਕਈ ਤੁਸੀਂ ਦੇਖ ਸਕਦੇ ਆ ਬਹੁਤ ਵੈਲ ਜਿਹੜਾ ਆਰਗੇਨਾਈਜ਼ਡ ਜਿਹੜਾ ਇੱਥੇ ਨਾ ਤੁਹਾਨੂੰ ਹਰ ਚੀਜ਼ ਮਿਲੇਗੀ ਤੇ ਅਗਰ ਆਨੇ ਆ ਤੁਸੀਂ ਸਵਿਟਜ਼ਰਲੈਂਡ ਤੇ ਬਾਹਰ ਕਿਤੇ ਦੂਰ ਕੋਸ਼ਿਸ਼ ਕਰੋ ਲੈਣ ਦਾ ਹੋਟਲ ਵਗੈਰਾ ਤੇ ਵੀ ਬਹੁਤ ਆਨੰਦ ਆ ਜੇਕਰ ਤੁਸੀਂ ਆਏ ਆ ਨਾ ਤੇ ਆਪਣਾ ਇਹੀ ਮੈਂ ਕਹੂੰਗਾ ਕਿ ਐਕਸਪਲੋਰ ਜ਼ਰੂਰ ਕਰੋ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਸਵਿਸ ਨੂੰ ਤੇ ਮੈਂ ਤਾਂ ਬਹੁਤ ਇੰਜੋਏ ਕੀਤਾ ਤੇ ਤੁਹਾਨੂੰ ਜਿਹੜੀਆਂ ਉਹ ਟਿਪਸ ਆ YouTube ਦੇ ਉੱਪਰ ਜਿਹੜੀਆਂ ਉਹ ਦੀਪਕ ਇੰਪੈਰਸ ਚੈਨਲ ਆ ਉਹਦੇ ਤੇ ਤੁਸੀਂ ਜਾ ਕੇ ਦੇਖ ਸਕਦੇ ਆ ਤੇ ਇੱਕ ਵਾਰੀ ਫੇਰ ਤੁਹਾਨੂੰ ਜਿਹੜਾ ਨਾ ਉਹ ਮੜਾ ਜਿਹਾ ਵੀਊ ਦਿਖਾਨਾ ਆ ਦੇਖੋ ਇਹ ਸਾਰਾ ਇੰਟਰਲੈਕਨ ਜਿਹੜਾ ਸਿਟੀ ਆ ਉਹ ਐਕਸਪਲੋਰ ਕਰਨੀ ਆ ਯੂਰਿਚ ਅਸੀਂ ਜਾਇਆ ਆ ਜਿਨੀਵਾ ਜਾਣਾ ਆ ਤੇ ਬਹੁਤ ਹੀ ਸੋਹਣਾ ਆ